ਪੰਜਾਬ 'ਚ ਸਿਆਸੀ ਪਾਰਟੀਆਂ ਦਾ ਵਿਰੋਧ ਲਗਾਤਾਰ ਵੱਧਦਾ ਹੀ ਜਾ ਰਿਹਾ। ਤਾਜ਼ਾ ਮਾਮਲਾ ਖੇਮਕਰਨ ਤੋਂ ਸਾਹਮਣੇ ਆਇਆ, ਜਿੱਥੇ MP ਜਸਵੀਰ ਸਿੰਘ ਡਿੰਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ MP ਜਸਵੀਰ ਸਿੰਘ ਡਿੰਪਾ ਇੱਥੇ ਪਹੁੰਚੇ ਤਾਂ ਕਿਸਾਨਾਂ ਨੇ ਉਹਨਾਂ ਦੇ ਕਾਫਲੇ ਨੂੰ ਘੇਰਾ ਪਾਇਆ, ਜਿਸ ਤੋਂ ਬਾਅਦ MP ਜਸਵੀਰ ਸਿੰਘ ਡਿੰਪਾ ਨੂੰ ਬਾਹਰ ਆਉਣਾ ਪਿਆ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਨੀ ਪਈ। ਦਰਅਸਲ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਕੋਈ ਵੀ ਸਿਆਸੀ ਪਾਰਟੀ ਪਿੰਡ ਵਿੱਚ ਨਾ ਆਵੇ, ਜੇਕਰ ਉਹ ਪਿੰਡ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਇਸੇ ਤਰੀਕੇ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਮੇਹਰ ਸਿੰਘ ਤਰਾਣੀ ਬੋਲਦਾ ਵਾਂ। ਸੁਰਜੋਤ ਮੋਰਚੇ ਵੱਲੋਂ ਜਿਹੜੀ ਕਾਲ ਹੈ ਪਿੰਡਾਂ ਦੇ ਵਿੱਚ, ਇਹਨਾਂ ਨੂੰ ਸਿਆਸੀ ਆਗੂ ਨੂੰ ਕਿਤੇ ਵੀ ਨਹੀਂ ਵਰਤ ਦੇਣਾ, ਭਾਵੇਂ ਉਹ ਨਾ ਕੋਈ ਰੈਲੀ ਕਰਦੇ ਨੇ ਨਾ ਕੋਈ ਮੀਟਿੰਗ ਕਰਦੇ ਨੇ। ਇਹਦੇ 'ਤੇ ਕੱਲ੍ਹ ਤੋਂ ਬੜੀ ਜ਼ੋਰ ਸ਼ੋਰ ਦੇ ਵਿੱਚ ਜਿਹੜਾ ਖੇਮਕ ਨਰਕਾ ਵਾ, ਇਹਨਾਂ ਸਿਆਸੀ ਲੋਕਾਂ ਨੇ ਲੋਕਾਂ ਦੇ ਪਿੰਡਾਂ ਦੇ ਵਿੱਚ ਰੈਲੀਆਂ ਮੀਟਿੰਗਾਂ ਰੱਖ ਕੇ ਗੰਦ ਪਾਉਣਾ ਚਾਲੂ ਕਰਤਾ ਸੀ। ਉਹਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ੍ਹ ਵੀ ਅਤੇ ਅੱਜ ਵੀ ਡਿੰਪਾ ਸਾਹਿਬ ਦੇ ਪਿੱਛੇ ਲੱਗ ਕੇ ਮਾਨਾ ਵਾਲੇ ਪਿੰਡ 'ਤੇ ਆ ਕੇ ਘੇਰ ਕੇ ਹੁਣ ਸਵਾਲ ਜਵਾਬ ਕੀਤੇ ਆ ਕਿ 4.5 ਸਾਲ ਦੇ ਵਿੱਚ ਕੀ ਕੀਤਾ ਤੁਹਾਨੂੰ। ਕੋਈ ਸਵਾਲ ਜਵਾਬ ਨਹੀਂ ਆਇਆ, ਬਸ ਗੋਲ ਮੋਲ ਗੱਲ ਆ। ਪਰ ਇਹ ਜਿਹੜੇ ਬਰਸਾਤੀ ਡੱਡੂ ਆ, 4.5 ਸਾਲ ਹੋ ਗਏ ਆ, ਹੁਣ ਨਿਕਲ ਕੇ ਬਾਹਰ ਆਏ ਆ। ਬਦਕਿਸਮਤੀ ਪੰਜਾਬ ਦੀ ਇਹ ਆ ਕਿ ਜਿਹੜੀ ਲੋਕ ਕਰਦੇ ਕੁਛ ਆ ਕਮਾਉਂਦੇ ਕੁਛ ਆ, ਇਹਦੇ 'ਤੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਅਪੀਲ ਕਰਦਾ, ਪੰਜਾਬੀਓ ਤੁਹਾਡਾ ਪੰਜਾਬ ਤੁਹਾਡਾ ਭਾਰਤ ਗਿਆ। ਜੇ ਇਹਨਾਂ ਸਿਆਸੀ ਲੋਕਾਂ ਦੇ ਮਗਰ ਇੱਥੇ ਤੁਰੇ ਫਿਰਦੇ ਰਹੇ ਤੇ ਮਾਰੇ ਜਾਓਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਜਨਤਕ ਜੇਬ ਨੇ ਫੈਸਲਾ ਕਿ ਜਿੰਨਾ ਚਿਰ ਕਾਲੇ ਕੋਲ ਵੱਧ ਨਹੀਂ ਹੁੰਦੇ ਉਹਨਾਂ ਚਿਰ ਤਾਂ ਅਸੀਂ ਕੋਈ ਸਿਆਸੀ ਰੈਲੀ ਨਹੀਂ ਹੁੰਦਾ, ਮਤਲਬ ਵਿਰੋਧ ਕਰਦੇ। ਇਕੱਲੇ ਮਾਨ ਪਿੰਡ ਦੇ ਕਿ ਹਲਕਾ ਖੇਮ ਕਰਦੇ ਸਾਰੇ ਪਿੰਡਾਂ 'ਚ? ਨਹੀਂ, ਇਹ ਸਾਰੇ ਪਿੰਡਾਂ ਦੇ ਵਿੱਚ ਅੱਜ ਕੇ ਤੁਰੇ ਆ ਸੁਰਸਿੰਘ ਤੋਂ। ਸੁਰਸਿੰਘ ਤੁਰ ਕੇ ਇਹਨਾਂ ਪਿੰਡਾਂ ਦੇ ਵਿੱਚ ਮਿਲਦੇ ਮਨਾਉਂਦੇ ਲੋਕਾਂ ਨੂੰ, ਸਾਡੀ ਗੱਲ ਨਹੀਂ ਸੁਣੀ। ਅਸੀਂ ਉਹ ਪਿੰਡ ਗੁਰਦੁਆਰਾ ਸਾਹਿਬ ਇਕੱਠੇ ਹੋਏ ਸਾਂ ਕਿ ਅਸੀਂ MP ਨੂੰ ਮਿਲ ਕੇ ਗੱਲ ਪੁੱਛਣੀ ਆ ਕਿ ਤੁਸੀਂ 19 ਤਰੀਕ ਨੂੰ ਜਲਾਸ ਦੇ ਵਿੱਚ ਜਾ ਰਹੇ ਜੇ, ਵਿਧਾਨ ਸਭਾ ਦਾ ਜਲਾਸ ਚੱਲ ਲੱਗਾ ਵਾ, ਜਿਹੜੀ ਉੱਥੇ ਗੱਲ ਹੋਣੀ ਆ, ਜਿਹੜੀ ਉੱਥੇ ਕਾਲੇ ਗੁਰੂ ਦੇ ਗੱਲ ਚੱਲਣੀ, ਤੁਸੀਂ ਜਾ ਰਹੇ, ਤੁਸੀਂ ਪੰਜਾਬ ਲੋਕ ਕੀ ਕਰਦੇ ਹੋ ਜੇ ਪੁੱਛਣਾ ਸੀ। ਇਹਦੇ 'ਤੇ ਸਾਨੂੰ ਪ੍ਰਸ਼ਾਸਨ ਨੇ ਖਰਾਬ ਕੀਤਾ, ਝੂਠ ਬੋਲਿਆ ਕਿ ਡਿੰਪਾ ਆ ਨਹੀਂ ਰਹੇ, ਪਰ ਡਿੰਪਾ ਸਾਹਿਬ ਦੀ ਯਾਰ ਸੁਰੱਖਿਆ ਦੱਸਦੇ, ਡਿੰਪਾ ਸਾਹਿਬ ਦੀ ਸੁਰੱਖਿਆ ਦੱਸਦੇ, ਬਹੁਤ ਵੱਡੀ ਤਾਦਾਦ ਵਿੱਚ ਫੋਰਸ ਲਾ ਕੇ ਅੱਗੇ ਪਿੱਛੇ ਗੱਡੀਆਂ ਲਾ ਕੇ ਉਹਨੂੰ ਘੁਮਾਈ ਫਿਰਦੇ ਰਹੇ। ਅਸੀਂ ਇੱਥੇ ਆ ਕੇ ਉਹਨਾਂ ਨਾਲ ਗੱਲ ਕੀਤੀ ਆ, ਉਹਨਾਂ ਵਿਸ਼ਵਾਸ ਦਵਾਇਆ ਵਾ ਕਿ ਮੈਂ ਜੜ ਦਾ ਪੁੱਤ ਹਾਂ। ਦੇਖੋ ਕੀ ਕਰਦੇ ਕੀ ਨਹੀਂ, ਕਹਿੰਦੇ ਅਗਲੀ ਗੱਲ ਆ ਕਿ ਮੈਂ ਤਾਂ ਜੜ ਦੇ ਪੋਤੀ ਆ ਸਾਰੇ, ਪਰ ਉਹ ਕੀ ਕਰਦਾ ਕੀ ਨਹੀਂ, ਕਹਿੰਦੇ ਮੈਂ ਜਾ ਕੇ ਦਿੱਲੀ ਦੀਆਂ ਬਰੂਹਾਂ 'ਤੇ ਗੱਲ ਰੱਖੂੰਗਾ ਕਿ ਕਾਲੇ ਗੁਲਾਬ ਹੋਣੇ ਚਾਹੀਦੇ ਆ। ਉੱਥੇ MP ਜਸਵੀਰ ਸਿੰਘ ਡਿੰਪਾ ਬਾਹਰ ਆਏ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਾਰਲੀਮੈਂਟ ਸੈਸ਼ਨ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਜਿਹੜੇ ਮੁੱਦੇ ਤੇ ਆਪਾਂ ਇਕੱਠੇ ਹੋਏ ਅੱਜ, ਉਹ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਆਉਣਾ ਪਿਆ ਅਤੇ ਪੁਲਿਸ ਪ੍ਰਸ਼ਾਸਨ ਦੀ ਰਹਿਨੁਮਾਈ ਵਿੱਚ ਹੀ ਕਿਸਾਨਾਂ ਦੇ ਕਾਫਲੇ ਨੂੰ ਸ਼ਾਂਤ ਕੀਤਾ ਗਿਆ ਅਤੇ ਜਸਵੀਰ ਸਿੰਘ ਡਿੰਪਾ ਉੱਥੋਂ ਦੀ ਨਿਕਲ ਗਏ।